this South Asian Media Group, Y Media. आखिरकार एक महिला का कत्ल उसते ही अपने पति ने क्यों किया, इहदे बारे जो उन्होंने जिहड़े सिस्टर ने वह इंडिया तो जिहड़ी सारी जानकारी जिहड़ी आ शेयर कर रहे ने कि क्यों ए कत्ल की वारदात हुई है। इहदे विच जे उन्हां दी सिस्टर दी असीं गल सुणीए ते उन्हां दा इह कहना हैगा कि एक लड़की जिहड़ी आ स्टूडेंट वीजा दे उत्ते पहलां कैनेडा आउंदी है ब्रिटिश कोलंबिया दे विच, उसकी तबीयत थोड़ी जी खराब हुंदी है ते फिर उन्हां दे जिहड़े मदर ने वह भी कैनेडा आ जांदे ने। सो उन्हां दे मदर भी कैनेडा पहुंच जांदे ने, उन्हां दा नाम बलविंदर कौर और इन्हां दा ही कतल होया, बलविंदर कौर होणा दा ही कतल होया। इन्हां दी कतल दी खबर तुसीं सुनी सीगी जो कल असीं तुहानूं शेयर कीती सीगी। सो 41 साल दी बलविंदर कौर दा कतल क्यों होया, अपनी लड़की दी टेक केयर करन लई ओह इंडिया तों, क्योंकि उन्हां दी लड़की स्टूडेंट वीजा ते आई सी, उन्हां दी टेक केयर करन लई ओह कैनेडा आए सीगे। लेकिन बलविंदर कौर दे पिछे ही उन्हां दा पति भी आया, उन्हां नूं भी स्पॉन्सर किया गया, वह भी आए, बेटी स्टूडेंट वीजा ते आई हुई सीगी। सो हजे आए नूं एक हफ्ता ही होया सीगा, लेकिन उन्हां दे जिहड़े पति ने उन्हां नूं चार्ज कर लिया गया हैगा, जसप्रीत सिंह उन्हां नूं, कि जिन्हां दे उत्ते कि हुण एलीगेशन है कि उन्होंने अपनी पत्नी का कतल किया। ਹੁਣ ਉਹਨਾਂ ਦੀ ਜਿਹੜੇ ਜਿਨ੍ਹਾਂ ਦੀ ਲੜਕੀ ਦਾ ਕਤਲ ਹੋਇਆ ਉਹਨਾਂ ਦੀ ਸਿਸਟਰ ਜਿਹੜੇ ਨੇ ਉਹਨਾਂ ਨੇ ਮੀਡੀਆ ਦੇ ਸਾਹਮਣੇ ਸਾਰੀ ਜਿਹੜੀ ਜਾਣਕਾਰੀ ਹੈ ਉਹ ਸ਼ੇਅਰ ਕੀਤੀ ਹੈ। ਸੁਣਦੇ ਕੀ ਕਹਿ ਰਿਹਾ। ਕਤਲ ਦੀ ਵੀਡੀਓ ਬਣਾ ਕੇ ਦਿਖਾਈ ਆਪਣੀ ਮਾਂ ਨੂੰ ਤੋਂ ਬਾਅਦ ਉਸਨੇ ਦੱਸਿਆ ਸੀ ਤਾਂ ਉਹ ਲਾਸ਼ ਨੂੰ ਵਾਪਸ ਜਲਦੀ ਬੁਲਾਓ ਨਹੀਂ ਸੀ, ਉਹ ਕਹਿੰਦੇ ਸੀ ਹਜੇ ਮੇਰੀ ਮਨੀ ਪ੍ਰੋਬਲਮ ਹੈ ਮੈਂ ਨਹੀਂ ਬੁਲਾ ਸਕਦੀ। ਦੋ ਵਾਰੀ ਇਹਨਾਂ ਦਾ ਲਾਇਆ ਵੀ ਔਰ ਰਿਫਿਊਜ਼ਲ ਆ ਗਈ। ਜਦੋਂ ਰਿਫਿਊਜ਼ਲ ਆ ਜਾਂਦੀ ਆ ਬਲੇਮ ਸਾਨੂੰ ਕਰਦੇ ਆ, ਮੇਰੇ ਫਾਦਰ ਸਾਹਿਬ ਨੂੰ ਕਰਦੇ ਆ, ਕੱਲੇ ਪਾਪਾ ਘਰ ਸੀ, ਕਈ ਵਾਰੀ ਸਾਡੇ ਘਰ ਵੀ ਆਏ ਇਹਨਾਂ ਤੇ ਅਟੈਕ ਕਰਨ, ਫਿਰ ਉਹਨਾਂ ਨੂੰ ਕਿਹਾ ਬਸ ਜਿੱਦਾਂ ਕਿ ਮੈਂਟਲੀ ਅਪਸੈਟ ਜਾਂ ਕੁਛ ਹੋਰ ਜਾਂ ਪਿੱਛੇ ਤੋਂ ਉਹਨੂੰ ਕਿਹਾ ਜਾ ਰਿਹਾ, ਫੋਰਸ ਕਰੀ ਜਾ ਰਿਹਾ ਵੀ ਤੂੰ ਆ ਕਰ, ਬਸ ਉਹ ਏਦਾਂ ਹੀ ਇੱਥੇ ਵਾਰੀ ਵਾਰੀ ਆਉਂਦਾ ਸਾਨੂੰ ਸਭ ਨੂੰ ਤੰਗ ਕਰਦਾ, ਈਵਨ ਕਿ ਮੈਨੂੰ ਵੀ ਤੰਗ ਕਰਦਾ ਸੀ, ਮੇਰੇ ਸਹੁਰੇ ਘਰ ਵਾਲਿਆਂ ਨੂੰ ਵੀ ਫੋਨ ਕਰਕੇ ਬੋਲਦਾ ਸੀ, ਮੈਨੂੰ ਬੋਲਦਾ ਸੀ ਉੱਥੇ। ਕੀ ਨਾਮ ਸੀ? ਜਗਪ੍ਰੀਤ। ਜਗਪ੍ਰੀਤ ਜੀਜੇ ਦਾ ਨਾਮ ਹੈ ਜੀ ਇਹਨਾਂ ਦਾ। ਇਹਨਾਂ ਦੀ ਜਿਹੜੀ ਸਿਸਟਰ ਹੈ, ਇਹਨਾਂ ਦੀ ਛੋਟੀ ਸਿਸਟਰ ਦਾ ਕਤਲ ਹੋਇਆ। ਸੋ ਇਹ ਜਿਹੜੀ ਮਹਿਲਾ ਆ ਉਹ ਸਾਰੇ ਬਿਆਨ ਜਿਹੜੇ ਆ ਉਹ ਦੇ ਰਹੇ ਨੇ। ਸੋ ਇਹ ਅਸੀਂ ਦੱਸ ਦਈਏ ਕਿ ਜਗਰਾਓਂ ਪਿੰਡ ਦੇ ਰਹਿਣ ਵਾਲੀ ਇਹ ਮਹਿਲਾ ਸੀਗੀ, 41 ਸਾਲ ਦੀ ਬਲਵਿੰਦਰ ਕੌਰ, ਜਿਹਨਾਂ ਦਾ ਕਤਲ ਹੋਇਆ ਔਰ ਇਸ ਕਤਲ ਦੇ ਵਿੱਚ ਇਹਨਾਂ ਦੇ ਪਤੀ ਦੀ ਗ੍ਰਿਫਤਾਰੀ ਹੋਈ ਹੈ। ਸੋ ਉਹਨਾਂ ਦੇ ਜਿਹੜੀ ਇਹ ਮਹਿਲਾ ਉਹ ਦੱਸ ਰਹੀ ਹੈ, ਇਹਨਾਂ ਦੇ ਜੀਜਾ ਜੀ ਸੀਗੇ ਜਗਪ੍ਰੀਤ ਸਿੰਘ ਜੀ, ਜਿਹੜੇ ਹਜੇ 7 ਦਿਨ ਪਹਿਲਾਂ ਕੈਨੇਡਾ ਪਹੁੰਚੇ ਸੀਗੇ, ਹਜੇ ਆਏ ਸੀਗੇ ਕੈਨੇਡਾ, ਡਾਕਟਰ ਉਹਨਾਂ ਦੀ ਇੱਥੇ ਸਟੂਡੈਂਟ ਵੀਜ਼ਾ ਦੇ ਉੱਤੇ, ਮਦਰ ਦਾ ਉਹਨਾਂ ਦੇ ਕਤਲ ਹੋ ਗਿਆ। ਸੋ ਇਹ ਉਹ ਆਪਣੀ ਵਾਈਫ ਦਾ ਕਤਲ ਕਿਉਂ ਹੋਇਆ, ਕਿੱਦਾਂ ਹੋਇਆ, ਔਰ ਇਹਨਾਂ ਦਾ ਕਹਿਣਾ ਆ ਕਿ ਇਹ ਇਹਨਾਂ ਦੀ ਛੋਟੀ ਸਿਸਟਰ ਸੀਗੀ ਜਿਹਨਾਂ ਦਾ ਕਤਲ ਹੋਇਆ। ਸੋ ਬੜੀ ਭੈਣ ਆਪਣੀ ਛੋਟੀ ਸਿਸਟਰ ਦੀ ਕਤਲ ਦੇ ਬਾਰੇ ਸਾਰੀ ਜਾਣਕਾਰੀ ਦੇ ਰਹੀ ਔਰ ਆਪਣੇ ਜਿਹੜੇ ਇਹਨਾਂ ਦੇ ਜੀਜਾ ਜੀ ਨੇ ਇਹਨਾਂ ਦੇ ਉਹਨਾਂ ਦੇ ਬਾਰੇ ਸਾਰੀ ਗੱਲਬਾਤ ਜਿਹੜੀ ਆ ਉਹ ਮੀਡੀਆ ਦੇ ਨਾਲ ਸ਼ੇਅਰ ਕਰ ਰਹੇ ਨੇ। ਜਗਪ੍ਰੀਤ ਜਦੋਂ ਤੀਸਰੀ ਵਾਰੀ ਉਹਦਾ ਲਗਾਇਆ ਪੇਪਰ ਅਪਲਾਈ ਕੀਤੇ ਉਹਦਾ ਬਣ ਗਿਆ ਤੇ ਉਹ ਚਲਾ ਗਿਆ, ਪਰ ਜੋ ਉਹ ਇੱਥੇ ਬੋਲਦਾ ਸੀ ਮੈਂ ਇਹਨੂੰ ਬਾਹਰ ਜਾ ਕੇ ਮਾਰ ਦੇਣਾ ਪਰ ਸਾਨੂੰ ਸੱਚ ਨਹੀਂ ਸੀ ਹੁੰਦਾ ਵੀ ਚਲੋ ਬੰਦਾ ਜੋ ਕਹਿੰਦਾ ਉਹ ਨਹੀਂ ਕਰਦਾ, ਪਰ ਉਹਨੇ ਉਹਦੇ ਮਨ ਵਿੱਚ ਉਹੀ ਗੱਲ ਰਹੀ ਜੋ ਉਹਨੇ ਇੱਧਰ ਕਿਹਾ ਉਹ ਜਾ ਕੇ ਕੀਤਾ। ਉਹ ਇਹੀ ਕਹਿੰਦਾ ਸੀ, ਉਹ ਮੈਨੂੰ ਵੀ ਕਹਿੰਦਾ ਸੀ, ਮੇਰੇ ਹਸਬੈਂਡ ਨੂੰ ਕਹਿੰਦਾ ਸੀ ਆਪਣੇ ਵਾਲੀ ਨੂੰ ਇੱਧਰ ਮਾਰ ਦੇ ਮੈਂ ਆਪਣੇ ਵਾਲੀ ਨੂੰ ਕੈਨੇਡਾ ਮਾਰੂ। ਅੱਗੇ ਪਹਿਲਾਂ ਨਿਊਜ਼ ਆਈ ਆ ਮੈਂ ਕੁਛ ਨਹੀਂ ਬੋਲਿਆ, ਖੁੱਲ ਕੇ ਨਹੀਂ ਬੋਲਿਆ, ਮੈਂ ਨਹੀਂ ਸਾਰਾ ਕੁਛ ਮੈਂ ਚੁੱਪ ਕਰਨਾ ਚਾਹੁੰਦੀ ਹੁਣ ਜਦੋਂ ਮੈਨੂੰ ਹੀ ਬਲੇਮ ਕਰੀ ਜਾ ਰਿਹਾ, ਪਰ ਮੈਂ ਹੁਣ ਚੁੱਪ ਨਹੀਂ ਬਹਿੰਦੀ, ਮੈਂ ਚੁੱਪ ਨਹੀਂ ਬੈਠਣਾ। ਉਹ ਬੰਦੇ ਨੇ ਬੇਰਹਿਮੀ ਦੇ ਨਾਲ ਮਾਰਿਆ, ਨਹੀਂ ਸੀ ਬਣਦੀ ਮੀਆਂ ਬੀਬੀ ਦੀ ਨਹੀਂ ਬਣਦੀ, ਡਿਵੋਰਸ ਦੇ ਦਿੰਦਾ, ਅਲੱਗ ਵੀ ਨਹੀਂ ਸੀ ਰਹਿਣ ਦਿੰਦਾ। ਉਹਨੇ ਕਿਹਾ ਵੀ ਤੂੰ ਮੇਰੇ ਤੇਰੀ ਮੇਰੀ ਨਹੀਂ ਬਣਦੀ, ਆਪਾਂ ਅਲੱਗ ਰਹਿੰਦੇ, ਨਹੀਂ ਜੀ ਅਲੱਗ ਵੀ ਨਹੀਂ ਰਹਿਣ ਦੇਣਾ, ਕਿਸੇ ਨੂੰ ਕਿਸੇ ਦੀ ਜ਼ਿੰਦਗੀ ਜਾਂ ਮੌਤ ਲੈਣ ਦਾ ਕੋਈ ਹੱਕ ਨਹੀਂ ਹੈਗਾ। ਉਹਨੇ ਕਿਉਂ ਮਾਰਿਆ ਬਸ ਸਾਨੂੰ ਇਹ ਸਮਝ ਨਹੀਂ ਆਉਂਦੀ, ਜੇ ਹੁਣ ਉਹਨੇ ਮਾਰਿਆ ਨਹੀਂ ਬੇਰਹਿਮੀ ਨੇ ਕਤਲ ਕੀਤਾ, ਮੇਰੀ ਬਾਹਰਲੀ ਸਰਕਾਰ ਨੂੰ ਵੀ ਇਹੀ ਅਪੀਲ ਆ, ਇੱਧਰ ਵੀ ਇਹੀ ਅਪੀਲ ਆ, ਮੌਤ ਦੀ ਸਜ਼ਾ ਮੌਤ, ਜਿਹੋ ਜਿਹੇ ਦਰਿੰਦਿਆਂ ਨੂੰ ਮੌਤ ਨਹੀਂ ਦਿੱਤੀ ਜਾਊਗੀ ਨਾ, ਧੀਆਂ ਭੈਣਾਂ ਹਰ ਕਿਸੇ ਦੀਆਂ ਹਰ ਕਿਸੇ ਦੀਆਂ ਇੱਦਾਂ ਹੀ ਮਰਨ ਗਈਆਂ। ਅੱਜ ਮੇਰੀ ਭੈਣ ਨਾਲ ਹੋਇਆ, ਸਾਡੀ ਧੀ ਨਾਲ ਤਾਂ ਪੈਕਾਂ ਨੂੰ ਤੁਹਾਡੀਆਂ ਨਾਲ ਵੀ ਹੋ ਸਕਦਾ, ਜਿਹੜੇ ਲੋਕ ਫੇਸਬੁੱਕ ਤੇ ਕਿਸੇ ਤੇ ਵੀ ਵਟਸਐਪ ਤੇ ਕਮੈਂਟ ਕਰਦੇ ਆ ਮਰ ਗਈ ਗੰਦ ਖਤਮ ਹੋ ਗਿਆ, ਕੋਈ ਨਾ ਇਹ ਕਿਸੇ ਨਾ ਕਿਸੇ ਟਾਈਮ ਸਾਡੀ ਜਗ੍ਹਾ ਤੁਸੀਂ ਵੀ ਖੜੇ ਹੋਵੋਗੇ ਜੇ ਇੱਦਾਂ ਹੀ ਸਾਥ ਦਿਓਗੇ ਜਾਂ ਇੱਦਾਂ ਹੀ ਬੋਲੋਗੇ, ਮੈਨੂੰ ਹੁਣ ਕੋਈ ਡਰ ਨੀ, ਜਿਹਨੇ ਮੈਨੂੰ ਮਾਰਨਾ ਮੈਨੂੰ ਵੀ ਮਾਰ ਦਿਓ, ਜੇ ਕਿਸੇ ਨੂੰ ਦੁੱਖ ਲੱਗਿਆ ਮੇਰੇ ਕੋਲ ਖੁਦ ਆਵੋ, ਮੈਂ ਕੱਲੀ ਆ, ਮੇਰੇ ਅੱਗੇ ਪਿੱਛੇ ਕੋਈ ਨੀ, ਮੇਰੇ ਪਾਪਾ ਕੱਲੇ ਨੇ। ਹੁਣ ਅਸੀਂ ਦੱਸਦੇ ਜੇ ਸਾਡੇ ਸੱਚ ਨੂੰ ਦਬਾਓਗੇ ਵੀ ਮੇਰੇ ਕੋਲੋਂ ਜੋ ਹੋਊਗਾ ਮੈਂ ਤਾਂ ਉਹ ਕਰੂੰਗੀ।
ਮੈਂ ਤਾਂ ਇਹ ਮੰਗ ਕਰਦੀ ਹਾਂ ਜੋ ਬੋਲਦਾ ਉਹਨਾਂ ਲੋਕਾਂ ਦੇ ਵੀ ਮੂੰਹ ਤੇ ਚਪੇੜ ਮਾਰੀ ਜਾਵੇ ਜਿੰਨੀ ਦੇਰ ਕਿਸੇ ਦੀ ਜ਼ਿੰਦਗੀ ਬਾਰੇ ਕੋਈ ਸੱਚ ਨਹੀਂ ਪਤਾ ਕਰੇ ਇੱਕ ਹੱਥ ਨਾਲ ਤਾੜੀ ਕਦੇ ਨਹੀਂ ਬਚੀ ਸੱਚ ਸਜ਼ਾ ਜੇ ਉਹਨੂੰ ਮੈਂ ਤਾਂ ਇਹ ਕਹਿੰਦੀ ਹਾਂ ਜੋ ਕਾਨੂੰਨ ਆ ਉਹਨੂੰ ਫਾਂਸੀ ਹੋਣੀ ਚਾਹੀਦੀ ਆ ਸਾਡੀ ਭੈਣ ਮਾਰੀ ਆ ਸਾਡੀ ਸਾਡੇ ਘਰ ਦੀ ਧੀ ਮਰੀ ਆ ਉਹਨਾਂ ਦੇ ਘਰ ਦਾ ਵੀ ਪੁੱਤ ਮਰਨਾ ਚਾਹੀਦਾ ਕਾਫੀ ਜਜ਼ਬਾਤੀ ਹੋਏ ਹੋਏ ਨੇ ਉਹਨਾਂ ਔਰ ਉਹਨਾਂ ਦੇ ਸਿਸਟਰ ਦੀ ਜਿਹੜੀ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸੋ ਇਸ ਕਾਰਨ ਉਹਨਾਂ ਦੇ ਸਿਸਟਰ ਜਿਹੜੇ ਆ ਉਹ ਮੇਰੇ ਨਾਲ ਗੱਲ ਕਰ ਰਹੇ ਨੇ ਸੋ ਕਾਫੀ ਇਸ ਵੇਲੇ ਜਜ਼ਬਾਤੀ ਬਿਗੇਸਟ ਸਾਊਥ ਏਸ਼ੀਅਨ ਮੀਡੀਆ ਗਰੁੱਪ ਵਾਈ ਮੀਡੀਆ